ਸਾਡਾ ਖਾਸ ਸ਼ੋਅ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਰਿੰਦਰ ਡੱਲਾ, ਔਰ ਇੱਕ ਵਾਰ ਫਿਰ ਅੱਜ ਸਾਡੇ ਨਾਲ ਮੌਜੂਦ ਨੇ ਮੈਂਬਰ ICCRC ਪ੍ਰਿਥੀਪਾਲ ਸਿੰਘ ਗਿੱਲ। ਔਰ ਪ੍ਰਿਥੀਪਾਲ ਸਿੰਘ ਗਿੱਲ ਉਹਨਾਂ ਦੇ ਨਾਲ ਅੱਜ ਬਹੁਤ ਹੀ ਖਾਸ ਵਿਸ਼ੇ 'ਤੇ ਗੱਲ ਕਰਨੀ ਹੈ। ਕੈਨੇਡਾ ਨੇ ਆਪਣੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ। ਇਹ ਇਮੀਗ੍ਰੇਸ਼ਨ ਪਾਲਿਸੀ ਕੀ ਹੈ, ਇਸ ਦਾ ਕੀ ਅਸਰ ਪਏਗਾ, ਇਹਨਾਂ ਸਾਰੇ ਪੁਆਇੰਟਸ 'ਤੇ ਅੱਜ ਪ੍ਰਿਥੀਪਾਲ ਸਿੰਘ ਗਿੱਲ ਉਹਨਾਂ ਦੇ ਨਾਲ ਗੱਲ ਕਰਾਂਗੇ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਵੀ ਹੈ, ਔਰ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿ ਇਸ ਇਮੀਗ੍ਰੇਸ਼ਨ ਪਾਲਿਸੀ ਦਾ ਕੀ ਅਸਰ ਪਏਗਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਦੇ ਮਿਨਿਸਟਰ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਿਸਟਰ ਅਹਿਮਦ ਹੁਸੈਨ, ਉਹਨਾਂ ਨੇ ਹੀ ਕੱਲ੍ਹ ਇੱਕ ਇਹ ਨਿਊਜ਼ ਰਿਲੀਜ਼ ਕੀਤੀ ਆ, ਜਿਹਦੇ 'ਚ ਉਹਨਾਂ ਨੇ ਕੈਨੇਡਾ ਦੀ ਆਉਣ ਵਾਲੀ 3 ਸਾਲ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ, ਇਮੀਗ੍ਰੇਸ਼ਨ ਲੈਵਲਸ ਨੇ ਜਿਹੜੇ, ਉਹਦੇ ਬਾਰੇ ਗੱਲ ਕਹੀ ਆ। ਇਮੀਗ੍ਰੇਸ਼ਨ ਪਾਲਿਸੀ ਨੂੰ ਬੇਸਿਕਲੀ ਉਹਨਾਂ ਨੇ ਰਿਲੀਜ਼ ਕੀਤਾ ਵਾ। ਉਹਦੇ 'ਚ ਉਹਨਾਂ ਨੇ ਕੀ ਕਿਹਾ ਵਾ ਕਿ 2019 ਦੇ ਵਿੱਚ ਜਿਹੜੇ ਟੋਟਲ ਨੰਬਰ ਆਫ ਇਮੀਗ੍ਰੈਂਟਸ ਜਿਹੜੇ ਆਪਦੇ ਕੈਨੇਡਾ ਵਿੱਚ ਬੁਲਾਉਣਗੇ, ਉਹਨਾਂ ਦੀ ਜਿਹੜੀ ਸੰਖਿਆ ਹੋਗੀ ਅਪਰੋਕਸੀਮੇਟਲੀ 331,000 ਦੇ ਲਾਗੇ ਲੋਕ ਬੁਲਾਉਣਗੇ। ਆਮ ਤੌਰ 'ਤੇ ਐਵਰੇਜ 3 ਲੱਖ ਲੋਕ ਹਰ ਸਾਲ ਕੈਨੇਡਾ ਦੇ ਵਿੱਚ ਪਰਮਨੈਂਟ ਰੈਜੀਡੈਂਟ ਦੇ ਤੌਰ 'ਤੇ ਜਾਂਦੇ ਨੇ, ਜਿਨ੍ਹਾਂ ਵਿੱਚ ਅਲੱਗ ਅਲੱਗ ਵੇਰੀਅਸ ਤਰ੍ਹਾਂ ਦੀਆਂ ਕੈਟੇਗਰੀਜ਼ ਨੇ। ਦੇਖੋ, ਉਹਨੂੰ ਵਧਾ ਕੇ 331,000 ਕਰਤਾ ਗਿਆ ਵਾ। ਉਸ ਤੋਂ ਅਗਲੇ ਸਾਲ 2020 ਦੇ ਵਿੱਚ ਉਹ 340,000 ਦੇ ਕਰੀਬ ਹੋ ਜਾਊਗੀ, ਔਰ ਆਉਣ ਵਾਲੇ 2021 ਦੇ ਵਿੱਚ ਇਹ 3.5 ਲੱਖ ਲੋਕ ਕੈਨੇਡਾ ਦੇ ਵਿੱਚ ਹਰ ਸਾਲ ਪਰਮਨੈਂਟ ਰੈਜੀਡੈਂਟ ਦੇ ਤੌਰ 'ਤੇ ਜਾ ਸਕਣਗੇ, ਜਾਂ ਜਿਹੜੇ ਆਲਰੇਡੀ ਉੱਥੇ ਗਏ ਹੋਏ ਨੇ ਉਹ ਪਰਮਨੈਂਟ ਰੈਜੀਡੈਂਟ ਬਣ ਸਕਣਗੇ। ਕਹਿਣ ਤੋਂ ਭਾਵ ਇਹ ਆ ਕਿ ਕੈਨੇਡਾ ਨੂੰ ਆਲਮੋਸਟ ਹਰ ਸਾਲ 3.25 ਲੱਖ ਤੋਂ ਲੈ ਕੇ 3.5 ਲੱਖ ਲੋਕਾਂ ਦੀ ਲੋੜ ਆ, ਉਹ ਲੋਕਾਂ ਦੀ ਜਿਹੜੇ ਪਰਮਨੈਂਟ ਰੈਜੀਡੈਂਟ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਜਾ ਕੇ ਵੱਸ ਸਕਦੇ ਨੇ। ਇਹਦੇ ਤੁਸੀਂ ਕਈ ਤਰ੍ਹਾਂ ਦੀਆਂ ਕੈਟੇਗਰੀਜ਼ ਵੀ ਹੈਗੀਆਂ ਨੇ, ਇਹ ਫਰਦਰ ਜਦ ਆਪਾਂ ਇਸ ਸ਼ੋਅ 'ਚ ਆਵਾਂਗੇ ਮੈਂ ਦੱਸੂੰਗਾ ਵੀ ਇਹਦੇ ਵਿੱਚ ਕੀ ਚੀਜ਼ਾਂ ਹੈਗੀਆਂ ਨੇ ਔਰ ਆਪਾਂ ਨੂੰ ਇਹਦਾ ਕਿਸ ਤਰ੍ਹਾਂ ਨਾਲ ਫਾਇਦਾ ਹੋ ਸਕਦਾ। ਜੀ 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 ਗਿੱਲ ਸਾਹਿਬ, ਔਰ ਹੁਣ ਮੈਂ ਇਹ ਜਾਣਨਾ ਚਾਹੂੰਗਾ ਕਿ ਸਾਡੇ ਸਟੂਡੈਂਟਸ ਨੂੰ ਕਿਵੇਂ ਇਨਫਲੂਐਂਸ ਕਰੇਗੀ ਇਹ ਇਮੀਗ੍ਰੇਸ਼ਨ ਪਾਲਿਸੀ। ਕੀ ਵਿਦਿਆਰਥੀਆਂ ਦੇ ਉੱਤੇ ਤਾਂ ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਪਏਗਾ, ਜੇ ਪਏਗਾ ਤਾਂ ਵਿਦਿਆਰਥੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ? ਦੇਖੋ, ਓਵਰਆਲ ਜਿਹੜੀ ਇਹ ਪਾਲਿਸੀ ਹੈ ਸਾਰੀ ਕੰਟਰੀਜ਼ ਲਈ ਹੈ, ਉਹਨਾਂ ਨੇ ਟੋਟਲ ਜਿਹੜੇ ਨੰਬਰ ਲੈਣੇ ਨੇ 331,000 ਦੇ ਕਰੀਬ ਜਿਹੜੇ ਲੋਕ ਲੈਣੇ ਨੇ ਉਹ ਆਲ ਓਵਰ ਦਾ ਵਰਲਡ ਲੈਣੇ ਨੇ ਸਾਰੇ ਪਾਸਿਓਂ, ਪਰ ਇੰਡੀਆ ਦੀ ਜਿਹੜੀ ਰੇਸ਼ੀਓ ਆ ਇਸ ਟਾਈਮ ਨੰਬਰ 1 ਆ ਇੰਡੀਆ, ਚਾਈਨਾ ਨੂੰ ਵੀ ਕ੍ਰੋਸ ਕਰ ਗਿਆ ਵਾ, ਅਤੇ ਇੰਡੀਅਨ ਲੋਕਾਂ ਨੂੰ ਹਮੇਸ਼ਾ ਹੀ ਫਾਇਦਾ ਪਹਿਲਾਂ ਵੀ ਰਿਹਾ ਵਾ, ਅੱਜ ਵੀ ਫਾਇਦਾ ਹੋਊਗਾ। ਇਹਦੇ ਵਿੱਚ ਹੁਣ ਪੰਜਾਬੀਆਂ ਨੂੰ ਵੀ ਖਾਸ ਤੌਰ 'ਤੇ ਬਹੁਤ ਫਾਇਦਾ ਵਾ। 2 ਜਿਹੜੀਆਂ ਕੈਟਾਗਰੀਜ਼ ਨੇ ਖਾਸ ਤੌਰ 'ਤੇ, ਜਿਹੜੀ ਐਕਸਪ੍ਰੈਸ ਐਂਟਰੀ ਹੈਗੀ ਆ ਔਰ PNP, ਇਹਨਾਂ ਦੋਨਾਂ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ, ਇਹਨੂੰ ਇਕਨੋਮਿਕ ਕੈਟਾਗਰੀ ਵੀ ਕਹਿੰਦੇ ਨੇ, ਇਹਨਾਂ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ। ਇਹ ਲੋਕ ਜ਼ਿਆਦਾ ਇਹਨਾਂ ਨੂੰ ਤਰਜੀਹ ਦੇਣਗੇ ਉਹ ਪੱਕੇ ਤੌਰ 'ਤੇ ਕੈਨੇਡਾ ਵਿੱਚ ਵਸਣ ਲਈ। ਅਤੇ ਪੰਜਾਬੀ ਆਪਣੇ ਬਹੁਤ ਲੋਕ ਨੇ ਜਿਹੜੇ ਇਹਨਾਂ ਕੈਟੇਗਰੀਜ਼ ਦੇ ਵਿੱਚ ਕੁਆਲੀਫਾਈ ਕਰਦੇ ਨੇ। ਇਹ ਮੈਂ ਜ਼ਰੂਰ ਵਾਰ ਵਾਰ ਹੀ ਕਹਿਣਾ ਵਾਂ ਕਿ ਸਾਨੂੰ ਜਿਹੜਾ ਫੋਕਸ ਕਰਨਾ ਚਾਹੀਦਾ ਵਾ, ਉਹ ਸਭ ਤੋਂ ਬੜਾ ਫੋਕਸ ਸਾਨੂੰ ਆਪਣੀ ਲੈਂਗੁਏਜ ਸਕਿੱਲਸ 'ਤੇ ਕਰਨਾ ਚਾਹੀਦਾ ਵਾ, ਇੰਗਲਿਸ਼ ਦੇ ਉੱਪਰ। ਇੰਗਲਿਸ਼ ਲੈਂਗੁਏਜ ਜਿਸ ਵੀ ਆਪਣੇ ਪੰਜਾਬੀ ਹੋਵੇ ਜਾਂ ਓਵਰਆਲ ਭਾਰਤੀ ਦੀ ਇੰਗਲਿਸ਼ ਲੈਂਗੁਏਜ ਚੰਗੀ ਆ ਇੰਡੀਅਨ ਦੀ, ਔਰ ਉਹਨਾਂ ਦਾ ਉਹ ਇੰਗਲਿਸ਼ ਦਾ ਆਇਲਟਸ ਦੇ ਵਿੱਚ ਅਗਰ ਆਪਣਾ ਸਕੋਰ ਥੋੜ੍ਹਾ ਜਿਹਾ ਇੰਪਰੂਵ ਕਰ ਸਕਦੇ ਨੇ ਤਾਂ ਉਹਨਾਂ ਲਈ ਬਹੁਤ ਵਧੀਆ ਓਪਰਚੁਨਿਟੀ ਆ। ਇੱਥੋਂ ਡਾਇਰੈਕਟ PR 'ਤੇ ਵੀ ਤੁਸੀਂ ਜਾ ਸਕਦੇ ਹੋ, ਔਰ ਉੱਥੇ ਜਾ ਕੇ ਵੀ ਅਗਰ ਅਲੱਗ ਅਲੱਗ ਕੈਟੇਗਰੀ ਦੇ ਵਿੱਚ ਕੋਈ ਬੰਦਾ ਗਿਆ ਹੋਇਆ ਉਹਦੇ ਲਈ ਵੀ PR ਦੀਆਂ ਓਪਰਚੁਨਿਟੀਜ਼ ਔਰ ਆਪਸ਼ਨਸ ਅੱਗੇ ਨਾਲੋਂ ਵਧੀਆ ਹੋਣਗੀਆਂ, ਕਿਉਂਕਿ ਜਿਹੜੇ ਲੋਕ ਉਹਨਾਂ ਨੇ ਲੈਣੇ ਨੇ ਉਹਨਾਂ ਦੀ ਸੰਖਿਆ ਉਹਨਾਂ ਨੇ ਪਿਛਲੇ ਸਾਲਾਂ ਨਾਲੋਂ ਕਾਫੀ ਵਧਾ ਦਿੱਤੀ ਹੈ। ਆਮ ਤੌਰ 'ਤੇ ਨਵੇਂ ਜਾਣ ਵਾਲਿਆਂ ਜਿਹੜੇ ਵਸੇ ਹੋਏ ਨੇ ਉਹਨਾਂ 'ਤੇ ਕੋਈ ਇਮੀਗ੍ਰੇਸ਼ਨ ਪਾਲਿਸੀ ਦਾ ਖਾਸ ਅਸਰ ਨਹੀਂ ਪੈਂਦਾ। ਹਾਂ, ਇਹ ਜ਼ਰੂਰ ਆ ਕਿ ਤੁਹਾਡੀਆਂ ਕੁਛ ਜਿਹੜੀਆਂ ਪ੍ਰੋਮਿਨੈਂਟ ਸਿਟੀਜ਼ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਲੋਕ ਜਾਂਦੇ ਨੇ, ਅਤੇ ਉੱਥੇ ਦੇ ਰਹਿਣ ਲੋਕਾਂ ਦੇ ਉੱਪਰ ਜਿਹੜੀਆਂ ਫਿਊਚਰ ਜੋਬਸ ਹੁੰਦੀਆਂ ਨੇ ਜਾਂ ਉੱਥੇ ਦੀ ਵਸੋਂ ਦੇ ਉੱਪਰ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਅਦਰਵਾਈਜ਼ ਇਹਨਾਂ ਤੋਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਕੈਨੇਡਾ ਦੀ ਇਕੋਨਮੀ ਇਸ ਟਾਈਮ 'ਤੇ ਕੈਨੇਡਾ ਦੀ ਇਕੋਨਮੀ ਇਸ ਟਾਈਮ 'ਤੇ ਬੂਮ ਕਰ ਰਹੀ ਆ, ਉਹਨਾਂ ਨੂੰ ਬਹੁਤ ਲੋਕਾਂ ਦੀ ਲੋੜ ਆ। ਕੈਨੇਡਾ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਦੱਸਿਆ ਕਿ ਖਾਸ ਤੌਰ 'ਤੇ ਜਿਹੜੀ ਸਕਿੱਲਡ ਵਰਕਰ ਨੇ ਕਿਸੇ ਵੀ ਤਰ੍ਹਾਂ ਦੇ, ਜਿਹੜੇ ਹੱਥ ਨਾਲ ਕੰਮ ਕਰ ਸਕਦੇ ਨੇ, ਚਾਹੇ ਉਹ ਛੋਟਾ ਜਿਹਾ ਕੋਈ ਪਲੰਬਰ ਹੋਵੇ, ਇਲੈਕਟ੍ਰੀਸ਼ੀਅਨ ਹੋਵੇ, ਕੋਈ ਮਕੈਨਿਕ ਹੋਵੇ, IT ਦੇ ਲੋਕ ਹੋਣ, ਇਹਦੇ ਮੈਡੀਕਲ ਫੀਲਡ ਨਾਲ ਜੁੜੇ ਹੋਏ ਨਰਸਿਸ ਹੋਣ, ਚਾਹੇ ਓਲਡ ਕੇਅਰ ਹੋਮਸ ਨੇ ਉਹਨਾਂ 'ਚ ਕੇਅਰ ਟੇਕਰਸ ਹੋਣ, ਅਰਲੀ ਚਾਈਲਡਹੁੱਡ ਐਜੂਕੇਟਰਸ ਹੋਣ, ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ। ਆਉਣ ਟਾਈਮ 'ਚ ਇਹ ਡਿਮਾਂਡ ਵੱਧਦੀ ਜਾਊਗੀ। ਇੱਕ ਗੱਲ ਸਮਝਣ ਵਾਲੀ ਹੈ, ਕੈਨੇਡਾ ਦੀ ਪਾਪੂਲੇਸ਼ਨ 3,70,00,000 ਦੇ ਕਰੀਬ ਹੈਗੀ ਇਸ ਟਾਈਮ 'ਤੇ, ਔਰ ਉਹਨਾਂ ਦੀ ਪਾਪੂਲੇਸ਼ਨ ਬਹੁਤ ਓਲਡ ਹੋ ਰਹੀ ਹੈ ਟਾਈਮ ਦੇ ਨਾਲ, ਉਹਨਾਂ ਨੂੰ ਯੰਗ ਜਨਰੇਸ਼ਨ ਦੀ ਬਹੁਤ ਲੋੜ ਆ ਅਗਰ ਉਹਨਾਂ ਨੇ ਆਪਦੀ ਇਕਨੋਮਿਕ ਸਟੇਬਿਲਿਟੀ ਨੂੰ ਮੇਨਟੇਨ ਕਰਨਾ ਵਾ, ਕਿਉਂਕਿ ਕੋਈ ਵੀ ਇਕਨੋਮੀ ਜਦ ਤੱਕ ਨਹੀਂ ਚੱਲ ਸਕਦੀ ਹੈਗੀ ਜਦ ਤੱਕ ਉਹਦੇ ਕੋਲ ਕੰਜ਼ੂਮਰ ਨਹੀਂ ਹੈਗੇ, ਲੋਕ ਨਹੀਂ ਹੈਗੇ ਜ਼ਿਆਦਾ। ਇਸ ਰੀਜ਼ਨ ਕਰਕੇ ਉਹਨਾਂ ਨੇ ਜਿਹੜੀ ਇਹ ਪੋਲਿਸੀ ਹੈ ਇਹਨੂੰ ਅੱਗੇ ਜਾ ਕੇ ਲੋਕਾਂ ਨੂੰ ਹੋਰ ਲੋਕਾਂ ਨੂੰ ਉਹਨਾਂ ਨੇ ਤਰਜੀਹ ਦਿੱਤੀ ਹੈ, ਔਰ ਜ਼ਿਆਦਾ ਲੋਕ ਉੱਥੇ ਜਾ ਕੇ PR ਦੇ ਤੌਰ 'ਤੇ ਉੱਥੇ ਵਸਣਗੇ।
ਇੱਕ ਗੱਲ ਇਹਦੇ ਨਾਲ ਦੇਖੋ ਵੀ ਡਿਫਰੈਂਸ ਸਮਝਣ ਵਾਲਾ ਵਾ, ਸਟੂਡੈਂਟ ਦੀ ਕੈਟਾਗਰੀ ਇਹ ਤੋਂ ਅਲੱਗ ਹੁੰਦੀ ਆ, ਉਹਦਾ ਇਸ ਚੀਜ਼ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਅਪਰੋਕਸੀਮੇਟਲੀ 4.5 ਲੱਖ ਇੰਟਰਨੈਸ਼ਨਲ ਸਟੂਡੈਂਟ ਇਸ ਟਾਈਮ 'ਤੇ ਪੜ੍ਹ ਰਿਹਾ ਵਾ। ਇਹ ਜਿਹੜਾ ਆਲਰੇਡੀ ਜਿਹੜੇ ਇੰਨੇ ਸਟੂਡੈਂਟਸ ਦੀ ਸਟਰੈਂਥ ਉੱਥੇ ਹੋ ਗਈ ਆ, ਇਹ ਉਹਨਾਂ ਦਾ ਜਿਹੜਾ ਓਬਜੈਕਟਿਵ ਸੀਗਾ, ਇਹ ਉਹਨਾਂ ਨੇ ਜਿਹੜਾ ਗੋਲ ਸੀਗਾ ਅਚੀਵ ਕਰਨਾ ਸੀ 2021-2022 'ਚ। ਤੁਸੀਂ ਇਮੈਜਿਨ ਕਰ ਸਕਦੇ ਹੋ 4 ਸਾਲ ਪਹਿਲਾਂ ਹੀ ਉਹਨਾਂ ਨੇ ਅਚੀਵ ਕਰ ਲਿਆ ਵਾ। ਇੰਟਰਨੈਸ਼ਨਲ ਸਟੂਡੈਂਟਸ ਮੇਰੇ ਖਿਆਲ 'ਚ ਹੋਰ ਜ਼ਿਆਦਾ ਜਾਣਗੇ ਕੈਨੇਡਾ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ, ਇੰਟਰਨੈਸ਼ਨਲ ਸਟੂਡੈਂਟਸ ਦੀ ਸਟਰੈਂਥ ਹੋਰ ਵਧੂਗੀ। ਹੁਣ ਇੱਥੇ ਫਰਕ ਕੀ ਆ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਜਾ ਰਹੇ ਨੇ ਉਹਨਾਂ ਨੂੰ ਉੱਥੇ PR ਲੈਣ ਦੇ ਵਿੱਚ ਓਪਰਚੁਨਿਟੀਜ਼ ਹੋਰ ਜ਼ਿਆਦਾ ਵੱਧ ਜਾਣਗੀਆਂ, ਕਿਉਂਕਿ ਨੰਬਰ ਆਫ ਪਰਮਨੈਂਟ ਰੈਜ਼ੀਡੈਂਟਸ ਜਿਹੜੇ ਉਹਨਾਂ ਨੂੰ ਚਾਹੀਦੇ ਨੇ ਉਹ ਜ਼ਿਆਦਾ ਕਰ ਦਿੱਤੇ ਉਹਨਾਂ ਨੇ। ਜਿੱਦਾਂ ਮੈਂ ਦੱਸਿਆ ਸੀਗਾ ਕਿ ਇਕਨੋਮਿਕ ਕੈਟਾਗਰੀਜ਼ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਲੋਕ ਚਾਹੀਦੇ ਨੇ, ਜੀ ਤੁਹਾਡੇ ਤੁਹਾਡੀ ਐਕਸਪ੍ਰੈਸ ਐਂਟਰੀ ਵਾਲੇ ਲੋਕ ਆ ਗਏ, ਪਲੱਸ ਜਿਹੜੇ ਓਵਰਆਲ ਕੈਨੇਡਾ 'ਚ ਕਿਸੇ ਜਗ੍ਹਾ ਵੀ ਜਾ ਸਕਦੇ ਨੇ, ਜਾਂ ਤੁਹਾਡੀਆਂ ਅਲੱਗ ਅਲੱਗ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੀ PNP ਜਿਹੜੀ ਕੈਟਾਗਰੀ ਹੈ ਉਹਦੇ 'ਚ ਲੋਕ ਜਾ ਸਕਦੇ ਨੇ। ਡੈਫੀਨੇਟਲੀ ਇਹਦੇ ਨਾਲ ਸਟੂਡੈਂਟਸ ਨੂੰ ਫਾਇਦਾ ਹੋਊਗਾ, ਜ਼ਿਆਦਾ ਸਟੂਡੈਂਟਸ ਉੱਥੇ ਕੁਆਲੀਫਾਈ ਕਰਕੇ PR ਲੈ ਸਕਣਗੇ। ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਆ ਕਿ ਕੈਨੇਡਾ ਨੂੰ ਬੈਸਟ ਐਂਡ ਬ੍ਰਾਈਟੈਸਟ ਮਾਈਂਡਸ ਦੀ ਲੋੜ ਹੈ ਇਸ ਟਾਈਮ 'ਤੇ। ਜ਼ਿਆਦਾ US ਦੇ ਵਿੱਚ US ਦੀ ਗਵਰਨਮੈਂਟ ਨੇ ਥੋੜ੍ਹੇ ਜਿਹੇ ਕਾਨੂੰਨ ਸਖਤ ਕੀਤੇ ਨੇ ਜਿਹੜੇ ਸਟੂਡੈਂਟ ਨੇ ਇੰਡੀਆ 'ਚ, ਨਾ ਸਿਰਫ ਪੰਜਾਬ ਤੋਂ ਹੁਣ ਬਾਕੀ ਹੋਰ ਹਿੱਸਿਆਂ 'ਚੋਂ ਵੀ, ਖਾਸ ਤੌਰ 'ਤੇ ਜਿਹੜੇ ਵੱਡੇ ਸ਼ਹਿਰ ਉਹਨਾਂ 'ਚੋਂ ਵੀ ਸਟੂਡੈਂਟ ਜਾਣ ਲੱਗ ਪਏ ਨੇ, ਅਤੇ ਜਿਹੜਾ ਕੰਪਟੀਸ਼ਨ ਆ ਉਹ ਅੱਗੇ ਨਾਲੋਂ ਵੱਧ ਜਾਊਗਾ। ਅਤੇ ਜਿਹੜੇ ਬੱਚੇ ਆਈਲੈਟਸ 'ਤੇ ਥੋੜ੍ਹਾ ਜ਼ਿਆਦਾ ਫੋਕਸ ਕਰਨਗੇ, ਲੈਂਗੁਏਜ ਸਕਿੱਲਸ ਆਪਦੀਆਂ ਚੰਗੀਆਂ ਰੱਖਣਗੇ, ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਔਰ ਉਹ ਪਰਮਨੈਂਟ ਰੈਜ਼ੀਡੈਂਟ ਦੇ ਤੌਰ 'ਤੇ ਕੈਨੇਡਾ ਵਿੱਚ ਵੱਸਣ ਲਈ ਉਹਨਾਂ ਨੂੰ ਹੈਲਪ ਮਿਲੇਗੀ। ਅਗਿੱਲ ਸਾਹਿਬ, ਇਸ ਇਮੀਗ੍ਰੇਸ਼ਨ ਪਾਲਿਸੀ ਦੇ ਪੰਜਾਬ ਦੇ ਵਿਦਿਆਰਥੀਆਂ 'ਤੇ ਪ੍ਰਭਾਵ ਦੇ ਹੋਰ ਕਿਹੜੇ ਕਿਹੜੇ ਤੱਤ ਹੈ ਜਿਹੜੇ ਤੁਸੀਂ ਸਾਂਝੇ ਕਰਨੇ ਚਾਹੋਗੇ? ਜਿੱਦਾਂ ਮੈਂ ਦੱਸਿਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਜਾਂਦੇ ਨੇ, ਵਿਦਿਆਰਥੀਆਂ ਤੋਂ ਅਟਰੈਕਟ ਕਰਦੀ ਹੈ ਕੈਨੇਡੀਅਨ ਗਵਰਨਮੈਂਟ। ਕੈਨੇਡੀਅਨ ਗਵਰਨਮੈਂਟ ਚਾਹੁੰਦੀ ਹੈ ਕਿ ਉਹਦੇ ਕੋਲ ਯੰਗ ਲੋਕ ਆਉਣ ਔਰ ਸਟੂਡੈਂਟਸ ਨਾਲ, ਉਹਨਾਂ ਨੂੰ ਫਾਇਦਾ ਇਹ ਹੁੰਦਾ ਵਾ ਕਿ ਸਟੂਡੈਂਟ ਉੱਥੇ ਜਾਂਦਾ ਵਾ, ਨਾ ਸਿਰਫ ਉਹਨਾਂ ਦੀ ਇਕੋਨਮੀ 'ਚ ਤੁਸੀਂ ਇਨਵੈਸਟ ਕਰਦੇ ਹੋ, ਇਕੋਨਮੀ 'ਚ ਹਿੱਸਾ ਪਾਉਂਦੇ ਹੋ, ਕਿਉਂਕਿ ਆਪਾਂ ਉੱਥੇ ਪੈਸੇ ਖਰਚ ਕਰਦੇ ਹਾਂ। ਆਪਾਂ ਕਿੰਨੀ ਹੈਵੀ $17,000-18,000 ਜਾਂ $20,000 ਤਾਂ ਆਪਾਂ ਟਿਊਸ਼ਨ ਫੀਸ ਪੇ ਕਰਦੇ ਹਾਂ ਪਰ ਈਅਰ, ਪਲੱਸ ਰਹਿਣ ਸਹਿਣ ਆਪਾਂ ਉੱਥੇ ਕਰਦੇ ਹਾਂ, ਉੱਥੇ ਸਮਾਨ ਖਰੀਦਦੇ ਹਾਂ, ਉਹਨਾਂ ਦੀ ਇਕੋਨਮੀ ਵਿੱਚ ਆਪਣਾ ਬਹੁਤ ਬੜਾ ਯੋਗਦਾਨ ਹੁੰਦਾ ਵਾ ਸਟੂਡੈਂਟ ਦਾ, ਇੰਟਰਨੈਸ਼ਨਲ ਸਟੂਡੈਂਟ ਦਾ। ਆ ਨਾਲ ਉਹ ਵੀ ਚਾਹੁੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟ ਜੇ ਮੈਂ ਆਇਆ ਉਹ 2 ਸਾਲ ਉੱਥੇ ਉਹਨਾਂ ਦੇ ਕਲਚਰ ਨੂੰ, ਉਹਨਾਂ ਦੇ ਸਮਾਜ ਨੂੰ, ਸਿਸਟਮ ਨੂੰ ਸਮਝ ਗਿਆ ਵਾ, ਫਿਰ ਉਹਦੇ ਉਹਨੇ ਐਜੂਕੇਸ਼ਨ ਉਹਨਾਂ ਦੀ ਅਟੇਨ ਕਰ ਲਈ ਆ, ਉਸ ਐਜੂਕੇਸ਼ਨ ਦੇ ਬੇਸ 'ਤੇ ਉਹ ਚਾਹੁੰਦੇ ਨੇ ਕਿ ਜ਼ਿਆਦਾ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਪੱਕੇ ਹੋਣ। ਕੈਨੇਡਾ ਦੀ ਪੋਲਿਸੀ ਐਜ਼ ਕੰਪੇਅਰ ਟੂ ਅਦਰ ਕੰਟਰੀਜ਼, ਅਗਰ ਮੈਂ ਗੱਲ ਕਰਾਂ USA, ਆਸਟ੍ਰੇਲੀਆ, ਨਿਊਜ਼ੀਲੈਂਡ, ਬੜੀ ਪੋਜ਼ਿਟਿਵ ਆ ਸਟੂਡੈਂਟਸ ਲਈ, ਸਟੂਡੈਂਟਸ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਪਰ ਹਾਂ, ਜਿਹੜਾ ਤੁਹਾਡਾ ਬੈਂਚ ਮਾਰਕ ਆ ਕੁਆਲੀਫਾਇੰਗ, ਉਹ ਤੁਹਾਨੂੰ ਖਿਆਲ ਰੱਖਣਾ ਪੈਣਾ। ਜਿਵੇਂ ਕਿਹਾ, ਕੰਪੀਟੀਸ਼ਨ ਤੁਹਾਡਾ ਵੱਧ ਜਾਊਗਾ ਕਿਉਂਕਿ ਤੁਹਾਡੀ ਕੰਟਰੀ 'ਚੋਂ ਹੀ ਹੁਣ ਹੋਰ ਪ੍ਰੋਵਿੰਸਿਸ ਦੇ ਵਿੱਚੋਂ, ਹੋਰ ਸਟੇਟਾਂ ਵਿੱਚੋਂ ਲੋਕ ਜਾਣ ਲੱਗ ਪਏ ਜਿਹੜੇ ਅਕੈਡਮਿਕਲੀ ਸਾਡੇ ਨਾਲੋਂ ਥੋੜ੍ਹੇ ਜਿਹੇ ਚੰਗੇ ਨੇ, ਅਕੈਡੈਮਿਕਸ ਉਹਦੇ ਚੰਗੇ ਨੇ, ਪਲੱਸ ਉਹਨਾਂ ਦੇ ਜਿਹੜੇ ਇੰਗਲਿਸ਼ ਦਾ ਲੈਂਗੁਏਜ ਲੈਵਲ ਆ ਉਹ ਸਾਡੇ ਨਾਲੋਂ ਬੈਟਰ ਆ। ਅਤੇ ਸਾਡੇ ਸਟੂਡੈਂਟਸ ਨੂੰ ਲੈਂਗੁਏਜ ਲੈਵਲ 'ਤੇ ਜ਼ਿਆਦਾ ਜ਼ੋਰ ਦੇਣਾ ਪਊਗਾ ਕਿਉਂਕਿ ਇਹ ਇੱਕ ਇਹੋ ਜਿਹਾ ਫੈਕਟਰ ਆ ਜਿਹਦੇ ਮਾਰਕਸ ਬਹੁਤ ਨੇ, ਚਾਹੇ ਐਕਸਪ੍ਰੈਸ ਐਂਟਰੀ 'ਚ ਆਪਾਂ ਗੱਲ ਕਰੀਏ, ਚਾਹੇ PNP 'ਚ ਗੱਲ ਕਰੀਏ। ਅਤੇ ਵੈਸੇ ਓਵਰਆਲ ਜਿਹੜੀ ਗੱਲ ਕਰੀਏ, ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਹੁਣ ਜ਼ਿਆਦਾ ਫਾਇਦਾ ਹੋਊਗਾ, ਉਹ ਜ਼ਿਆਦਾ ਸਟੂਡੈਂਟਸ ਹੁਣ ਪੱਕੇ ਹੋ ਸਕਣਗੇ ਉੱਥੇ। ਜੀ ਗਿੱਲ ਸਾਹਿਬ, ਬੜੀ ਅਹਿਮ ਤੁਸੀਂ ਜਾਣਕਾਰੀ ਵੀ ਸਾਂਝੀ ਕਰ ਰਹੇ ਹੋ। ਇਹਦੇ ਨਾਲ ਨਾਲ ਗਿੱਲ ਸਾਹਿਬ, ਮੈਂ ਇੱਕ ਪੁਰਾਣੇ ਵਿਸ਼ੇ 'ਤੇ ਗੱਲ ਕਰਨਾ ਚਾਹੂੰਗਾ। ਅਸੀਂ ਪਹਿਲਾਂ ਵੀ ਇਸ ਵਿਸ਼ੇ 'ਤੇ ਗੱਲ ਕੀਤੀ ਸੀ, ਉਹ ਵਿਸ਼ਾ ਹੈ ਬਾਇਓਮੈਟ੍ਰਿਕ ਸਿਸਟਮ। ਕਦੋਂ ਤੋਂ ਬਾਇਓਮੈਟ੍ਰਿਕ ਸਿਸਟਮ ਪ੍ਰਭਾਵੀ ਰੂਪ ਦੇ ਵਿੱਚ, ਅਮਲੀ ਰੂਪ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ? ਮੈਂ ਚਾਹੁੰਦਾ ਕਿ ਇਹਦੇ 'ਤੇ ਵੀ ਥੋੜ੍ਹੀ ਜਿਹੀ ਗੱਲ ਕਰੋ। ਹਾਂਜੀ, ਜਿੱਦਾਂ ਮੈਂ ਗੱਲ ਕੀਤੀ ਸੀ, ਨਵੰਬਰ 2 ਨੂੰ ਇਹ ਲਾਗੂ ਹੋਣਾ ਸੀ, ਲਾਗੂ ਤਾਂ ਹੋ ਗਿਆ ਵਾ, ਪਰ ਇੰਡੀਅਨ ਜਿਹੜੇ ਪਾਸਪੋਰਟ ਹੋਲਡਰਸ ਨੇ ਉਹਨਾਂ 'ਤੇ ਲਾਗੂ ਨਹੀਂ ਹੋਇਆ। ਉਹਨਾਂ 'ਤੇ 31 ਦਸੰਬਰ ਡੇਟ ਆ ਜਿੱਥੇ ਲਾਗੂ ਹੋਊਗਾ। ਅਤੇ ਹਾਲੇ ਤੁਹਾਡੇ ਬਾਇਓਮੈਟ੍ਰਿਕਸ ਜਿਹੜੇ ਹੈਗੇ ਨੇ, ਤੁਹਾਡੇ ਜਿਹੜੇ ਫਿੰਗਰ ਦੇ ਪ੍ਰਿੰਟਸ ਜਾਂ ਤੁਹਾਡੀ ਡਿਜੀਟਲ ਫੋਟੋ ਹੈ ਜਿਹੜੀ, ਉਹ ਫਿਲਹਾਲ ਨਹੀਂ ਲਈ ਜਾਊਗੀ। 31 ਦਸੰਬਰ ਤੋਂ ਇਹ ਮੋਸਟ ਪ੍ਰੋਬੇਬਲੀ ਲਾਗੂ ਕੀਤਾ ਜਾਊਗਾ। ਪਰ ਜਿਹੜੇ ਬਾਕੀ ਕੰਟਰੀਜ਼ ਦੇ, ਜਿਵੇਂ ਕਿਸੇ ਕੋਲ ਪਾਸਪੋਰਟ ਹੈਗਾ ਵਾ, ਅਤੇ ਉਹਨਾਂ 'ਤੇ ਲਾਗੂ ਹੋ ਗਿਆ ਵਾ, ਅਤੇ ਉਹਨਾਂ ਨੂੰ ਹੁਣ ਜਿਹੜਾ, ਅਗਰ ਉਹਨਾਂ ਨੇ ਅਗਰ ਕੋਈ ਆਪਦੀ ਫਾਈਲ ਪੁਟਅਪ ਕਰਨੀ ਹੈ ਇੱਥੋਂ ਇੰਡੀਆ ਤੋਂ, ਉਹਨਾਂ ਨੂੰ ਬਾਇਓਮੈਟ੍ਰਿਕਸ ਉਹਨਾਂ ਲਈ ਜ਼ਰੂਰੀ ਨੇ। ਉਹਨਾਂ ਨੂੰ ਬਾਇਓਮੈਟ੍ਰਿਕਸ ਦੀ ਅਪੁਆਇੰਟਮੈਂਟ ਵੀ ਲੈਣੀ ਪਊਗੀ ਔਰ ਬਾਇਓਮੈਟ੍ਰਿਕਸ ਦੇਣੇ ਵੀ ਪੈਣਗੇ ਆਪਦੇ। ਜੀ, ਚਲੋ, ਬੜੀ ਅਹਿਮ ਜਾਣਕਾਰੀ ਗੱਲ ਸਾਹਿਬ ਤੁਸੀਂ ਸਾਂਝੀ ਕਰ ਰਹੇ ਹੋ। ਆਪਣੇ ਵੱਲੋਂ ਕੋਈ ਖਾਸ ਤੱਥ ਤੁਸੀਂ ਵਿਦਿਆਰਥੀਆਂ ਦੇ ਨਾਲ ਜੇ ਸਾਂਝਾ ਕਰਨਾ ਚਾਹੋ, ਤਾਂ ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਉਹਦੇ ਉੱਪਰ ਵੀ ਆਪਣੀ ਗੱਲ ਰੱਖੋ। ਹਾਂ, ਦੇਖੋ, ਜੇ ਮੈਂ ਬੜੀ ਖਾਸ ਗੱਲ ਕਹਿਣਾ ਚਾਹੁੰਦਾ ਵਾਂ, PR ਇੱਕ ਬਹੁਤ ਬੜੀ ਵਧੀਆ ਓਪਰਚੁਨਿਟੀ ਆ ਸਾਡੇ ਇੱਥੇ ਲੋਕਾਂ ਲਈ। ਅਸੀਂ ਇੱਥੋਂ ਡਾਇਰੈਕਟ PR 'ਤੇ ਵੀ ਜਾ ਸਕਦੇ ਹਾਂ, ਬਹੁਤ ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ। ਜਿਹੜੇ ਵੀ ਸਟੂਡੈਂਟ ਨੇ +2 ਤੋਂ ਬਾਅਦ 3 ਸਾਲ ਦਾ ਪ੍ਰੈਫਰੇਬਲੀ, ਹਾਲਾਂਕਿ 2 ਸਾਲ ਦੀ ਪੜ੍ਹਾਈ ਵੀ ਚੱਲਦੀ ਹੈ, ਪਰ ਪ੍ਰੈਫਰੇਬਲੀ 3 ਸਾਲ ਦਾ ਕੋਈ ਡਿਪਲੋਮਾ ਕੀਤਾ ਵਾ ਜਾਂ ਗ੍ਰੈਜੂਏਸ਼ਨ ਕੀਤੀ ਆ, ਔਰ ਉਸ ਤੋਂ ਬਾਅਦ ਉਹਦੇ ਕੋਲ ਮਿਨੀਮਮ 1 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ ਵਾ, ਉਹ ਕੈਨੇਡਾ 'ਚ ਡਾਇਰੈਕਟ
ਤੁਸੀਂ ਅਗਰ ਇਸ ਚੀਜ਼ ਬਾਰੇ ਫਰਦਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਸਾਡੇ ਕਿਸੇ ਵੀ ਆਫਿਸ ਜਲੰਧਰ ਜਾਂ ਲੁਧਿਆਣਾ ਵਿਜ਼ਿਟ ਕਰ ਸਕਦੇ ਹੋ। ਔਰ ਜਿਹੜੇ ਬੱਚੇ ਖਾਸ ਤੌਰ 'ਤੇ ਮਾਸਟਰਜ਼ ਨੇ, ਪੋਸਟ ਗ੍ਰੈਜੂਏਟ ਨੇ ਜਾਂ ਜਿਹਨਾਂ ਕੋਲ ਇੱਕ ਤੋਂ ਜ਼ਿਆਦਾ ਵੱਧ ਡਿਗਰੀ, ਉਹਨਾਂ ਦੇ ਚਾਂਸਿਸ ਹੋਰ ਵੀ ਬ੍ਰਾਈਟ ਰਹਿੰਦੇ ਨੇ ਸਿੱਧਾ ਡਾਇਰੈਕਟ PR 'ਤੇ ਜਾਣ ਲਈ। ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਇਮੀਗ੍ਰੇਸ਼ਨ ਪੋਲਿਸੀ ਨਵੀਂ ਲਾਗੂ ਕੀਤੀ ਅਗਲੇ 3 ਸਾਲਾਂ ਲਈ, ਇਹਦੇ 'ਚ ਉਹਨਾਂ ਨੇ ਜਿਹੜੀ ਸਟਰੈਂਥ ਆ ਉਹ ਵਧਾ ਦਿੱਤੀ ਹੈ। ਜਿਹੜੇ ਲੋਕ ਉਹਨਾਂ ਲੈਣੇ ਨੇ ਹੁਣ 331,000 ਲੋਕ 2019 ਵਿੱਚ ਕੈਨੇਡਾ 'ਚ ਪਰਮਨੈਂਟ ਰੈਜੀਡੈਂਟ ਦੇ ਤੌਰ 'ਤੇ ਜਾ ਸਕਣਗੇ। ਅਤੇ ਐਕਸਪ੍ਰੈਸ ਐਂਟਰੀ ਦੇ ਅੰਡਰ ਜਿਹੜੇ ਲੋਕ ਆਲਰੇਡੀ ਇੱਥੇ ਗ੍ਰੈਜੂਏਟ ਹੈਗੇ ਨੇ, ਉਹਨਾਂ ਨੂੰ ਬਹੁਤ ਬੜਾ ਐਡਵਾਂਟੇਜ ਆ, ਉਹ ਡਾਇਰੈਕਟ PR 'ਤੇ ਤੁਸੀਂ ਕੈਨੇਡਾ ਵਿੱਚ ਜਾ ਸਕਦੇ ਹੋ। ਔਰ ਇਹ ਪ੍ਰੋਸੈਸ ਬਹੁਤ ਕੁਇਕ ਪ੍ਰੋਸੈਸ ਹੈ ਐਕਸਪ੍ਰੈਸ ਐਂਟਰੀ ਦੇ ਅੰਡਰ। ਵੰਸ ਤੁਸੀਂ ਸਿਲੈਕਟ ਹੋ ਜਾਈ, ਫਾਈਲ ਪਿੱਕ ਹੋ ਜਾਂਦੀ ਹੈ, ਵਿਦਇਨ 6 ਮੰਥ ਮੋਸਟ ਪ੍ਰੋਬਬਲੀ ਯੂ ਕੈਨ ਰੀਚ ਇਨ ਕੈਨੇਡਾ। ਅਤੇ ਇਹਦੇ ਲਈ ਵੀ ਅਗਰ ਕੋਈ ਫਰਦਰ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤੁਸੀਂ ਮੋਸਟ ਵੈਲਕਮ ਹੋ, ਸਾਡੇ ਜਲੰਧਰ ਜਾਂ ਲੁਧਿਆਣੇ ਦੇ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ। ਔਰ ਇਹ ਜਿਹੜੀ ਇਮੀਗ੍ਰੇਸ਼ਨ ਲੈਵਲ ਜਿਹੜੇ ਇਨਕਰੀਜ਼ ਕੀਤੇ ਨੇ, ਉੱਥੇ ਦੇ ਮਿਨਿਸਟਰ ਨੇ ਜਿਹੜੀ ਇਹ ਖਬਰ ਦਿੱਤੀ ਹੈ, ਬੜੀ ਪੋਜ਼ਿਟਿਵ ਖਬਰ ਆ ਸਾਡੇ ਪੂਰੇ ਇੰਡੀਆ ਦੇ ਲਈ ਔਰ ਖਾਸ ਤੌਰ 'ਤੇ ਸਾਡੇ ਪੰਜਾਬੀਆਂ ਲਈ। ਇਹਦਾ ਨਾ ਸਿਰਫ ਫਾਇਦਾ ਸਾਡੇ ਜਿਹੜੇ ਇੱਥੇ ਆਲਰੇਡੀ ਲੋਕ ਡਾਇਰੈਕਟ ਜਾਣਾ ਚਾਹੁੰਦੇ ਨੇ PR 'ਤੇ ਉਹਨਾਂ ਨੂੰ ਹੋਊਗਾ, ਬਲਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਾਡੇ ਉੱਥੇ ਹੈਗੇ ਨੇ, ਉਹਨਾਂ ਨੂੰ ਵੀ ਪੱਕੇ ਹੋਣ ਦੇ ਵਿੱਚ ਬੜੀ ਹੈਲਪ ਮਿਲੂਗੀ। ਜੀ ਗਿੱਲ ਸਾਹਿਬ, ਬਹੁਤ ਖਾਸ ਜਾਣਕਾਰੀਆਂ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ, ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਬਹੁਤ ਚੰਗਾ ਰਿਸਪੌਂਸ ਹੈ ਜਿਹੜਾ ਇਨਫੋਰਮੇਸ਼ਨ ਦੇ ਤੌਰ ਦੇ ਉੱਤੇ ਇਸ ਸ਼ੋਅ ਦਾ ਮਿਲੇਗਾ। ਔਰ ਅਗਰ ਕੋਈ ਵੀ ਕਿਸੇ ਨੂੰ ਭਰਮ ਭੁਲੇਖਾ, ਕੋਈ ਦੁਚਿੱਤੀ ਹੈ, ਤਾਂ ਤੁਸੀਂ ਜ਼ਰੂਰ ਤੁਰੰਤ ਪ੍ਰਿਤਪਾਲ ਸਿੰਘ ਗਿੱਲ ਉਹਨਾਂ ਨੂੰ ਟੈਲੀਫੋਨ ਨੰਬਰ 'ਤੇ ਸੰਪਰਕ ਕਰੋ, 7960 073 73। ਗਿੱਲ ਸਾਹਿਬ ਦੇ ਜਲੰਧਰ ਅਤੇ ਲੁਧਿਆਣਾ ਵਿੱਚ 2 ਦਫ਼ਤਰ ਨੇ, ਔਰ ਗਿੱਲ ਸਾਹਿਬ ਇਹਨਾਂ ਦਫ਼ਤਰਾਂ ਦੇ ਉੱਪਰ ਮਿਲਦੇ ਨੇ। ਇਹਨਾਂ ਦੇ ਐਡਰੈਸ ਬਕਾਇਦਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਰੱਖੇ ਨੇ। ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਗਿੱਲ ਸਾਹਿਬ ਹਰ ਵਾਰ ਸ਼ੁੱਕਰਵਾਰ ਨੂੰ ਰਾਤ 8 ਤੋਂ 9 ਵਜੇ ਤੱਕ ਸਾਡੇ ਇਸ ਚੈਨਲ 'ਤੇ ਲਾਈਵ ਰਹਿੰਦੇ ਨੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।